ਕੀ ਫਰਾਰ ਗੈਂਗਸਟਰ ਦੀਪਕ ਟੀਨੂ ਦੀ ਗਰਲਫ੍ਰੈਂਡ ਨੂੰ ਏਜੀਟੀਐਫ ਨੇ ਯਾਨਕੀ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ ਮੁੰਬਈ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਜਤਿੰਦਰ ਕੌਰ ਉਸ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਇਹ ਸੂਤਰਧਮਿਲੀ ਜਾਣਕਾਰੀ ਦੇ ਮੁਤਾਬਕ ਪਛਾਣ ਹੋ ਪਈ ਹੈ ਔਰ ਜਤਿੰਦਰ ਕੌਰ ਨੂੰ ਯਾਨਕੀ ਦੀਪਕ ਟੀਨੂ ਦੀ ਗਰਲਫ੍ਰੈਂਡ ਨੂੰ ਮਾਂਸਾ ਪੁਲਿਸ ਨੇ ਮੈਡੀਕਲ ਕਾਰਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਔਰ 5 ਦਿਨਾਂ ਦਾ ਉਹਦਾ ਰਿਮਾਂਡ ਮਾਂਸਾ ਪੁਲਿਸ ਨੂੰ ਮਿਲਿਆ ਯਾਨੀ ਕਿ 5 ਦਿਨ ਤੱਕ ਹੁਣ ਮਾਂਸਾ ਪੁਲਿਸ ਅੱਗੇ ਦੀ ਜਾਂਚ ਕਰੇਗੀ ਸਵਾਲ ਜਵਾਬ ਜਤਿੰਦਰ ਕੌਰ ਕੋਲ ਕਰੇਗੀ ਕਿ ਆਖਿਰਕਾਰ ਐਡੀ ਵੱਡੀ ਘਟਨਾ ਨੂੰ ਅੰਜਾਮ ਦੀਪਕ ਟੀਨੂ ਨੇ ਕਿਵੇਂ ਦੇ ਦਿੱਤੀ ਔਰ ਜਿਵੇਂ ਪ੍ਰਿਤਪਾਲ ਸਿੰਘ ਸੀਆਈਏ ਇੰਚਾਰਜ ਸਾਹਿਬ ਦਾ ਸੀਆਈਏ ਇੰਚਾਰਜ ਨੇ ਉਸ ਵੇਲੇ ਦੇ ਜੋ ਜਿੰਦੀ ਮਦਦ ਦੇ ਨਾਲ ਦੀਪਕ ਟੀਨੂ ਨੇ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਪੁਲਿਸ ਦੀ ਗ੍ਰਿਫਤੋ ਵਿੱਚੋਂ ਫਰਾਰ ਹੋਇਆ ਹੈ ਤੇ ਆਖਿਰਕਾਰ ਇਹ ਪਲਾਨ ਬਣਿਆ ਕਿਵੇਂ ਕਿਵੇਂ ਸਜੋਜਨ ਨੂੰ ਅੰਜਾਮ ਦਿੱਤਾ ਗਿਆ ਔਰ ਦੀਪਕ ਟੀਨੂ ਜੋ ਹਜੇ ਵੀ ਪੁਲਿਸ ਦੀ ਗ੍ਰਿਫਤੋ ਵਿੱਚੋਂ ਫਰਾਰ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂ ਸ਼ਾਇਦ ਦੇਸ਼ ਛੱਡ ਕੇ ਜਾ ਚੁੱਕਿਆ ਹੈ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੈ ਤਾਂ ਆਖਿਰਕਾਰ ਦੀਪਕ ਟੀਨੂ ਕਿੱਥੇ ਗਿਆ ਇਹਨਾਂ ਸਾਰੇ ਹੀ ਸਵਾਲਾਂ ਦਾ ਜਵਾਬ ਦੇ ਲਈ ਹੁਣ ਜਤਿੰਦਰ ਕੌਰ ਦਾ ਰਿਮਾਂਡ ਮਾਨਸਾ ਪੁਲਿਸ ਨੂੰ ਮਿਲਿਆ ਹੈ ਔਰ ਅਗਲੇ 5 ਦਿਨਾਂ ਤੱਕ ਮਾਨਸਾ ਪੁਲਿਸ ਇਸ ਕੇਸ ਸੰਬੰਧੀ ਜਤਿੰਦਰ ਕੌਰ ਜੋ ਦੀਪਕ ਟੀਨੂ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ ਉਹਦੇ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀ ਨੇ ਝੁਟਾ ਸਕਦੀ ਹੈ ਦੇਖਦੇ ਰਹੋ ਦੈਨਿਕ ਸੂਰਾ ਟੀਵੀ ਕਿ ਫਰਾਰ ਗੈਂਗਸਟਰ ਦੀਪਕ ਟੀਨੂ ਦੀ गर्लफ्रेंड नु एजीटीएफ ने यानी कि पंजाब पुलिस दी एंटी गैंगस्टर टास्क फोर्स ने मुंबई तो गिरफ्तार ਕੀਤਾ ہے मुंबई तो गिरफ्तार ਕਰਨ ਤੋਂ ਬਾਅਦ ਜਤਿੰਦਰ कौर ਉਸ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਦੱਸਿਆ ਜਾ ਰਿਹਾ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਇਹ সূত্র ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਛਾਣ ਹੋ ਪਈ ਹੈ ਔਰ ਜਤਿੰਦਰ ਕੌਰ ਨੂੰ یعنی ਕਿ ਦੀਪਕ ਟੀਨੂ ਦੀ ਗਰਲਫ੍ਰੈਂਡ ਨੂੰ ਮਾਂਸਾ ਪੁਲਿਸ ਨੇ ਮੈਡੀਕਲ ਕਰਾਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਔਰ 5 ਦਿਨਾਂ ਦਾ ਉਹਦਾ ਰਿਮਾਂਡ ਮਾਂਸਾ ਪੁਲਿਸ ਨੂੰ ਮਿਲਿਆ ਯਾਨੀ ਕਿ 5 ਦਿਨ ਤੱਕ ਹੁਣ ਮਾਂਸਾ ਪੁਲਿਸ ਅੱਗੇ ਦੀ ਜਾਂਚ ਕਰੇਗੀ ਸਵਾਲ ਜਵਾਬ ਜਤਿੰਦਰ ਕੌਰ ਕੋਲ ਕਰੇਗੀ ਕਿ ਆਖਿਰਕਾਰ ਐਡੀ ਵੱਡੀ ਘਟਨਾ ਨੂੰ ਅੰਜਾਮ ਦੀਪਕ ਟੀਨੂ ਨੇ ਕਿਵੇਂ ਦੇ ਦਿੱਤੀ ਔਰ ਜਿਵੇਂ ਪ੍ਰਿਤਪਾਲ ਸਿੰਘ ਸੀਆਈਏ ਇੰਚਾਰਜ ਸਾਹਿਬ ਦਾ ਸੀਆਈਏ ਇੰਚਾਰਜ ਨੇ ਉਸ ਵੇਲੇ ਦੇ ਜੋ ਜਿੰਦੀ ਮਦਦ ਦੇ ਨਾਲ ਦੀਪਕ ਟੀਨੂ ਨੇ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਪੁਲਿਸ ਦੀ ਗ੍ਰਿਫਤੋ ਵਿੱਚੋਂ ਫਰਾਰ ਹੋਇਆ ਹੈ ਤੇ ਆਖਿਰਕਾਰ ਇਹ ਪਲਾਨ ਬਣਿਆ ਕਿਵੇਂ ਕਿਵੇਂ ਸਜੋਜਨਾ ਨੂੰ ਅੰਜਾਮ ਦਿੱਤਾ ਗਿਆ ਔਰ ਦੀਪਕ ਟੀਨੂ ਜੋ ਹਜੇ ਵੀ ਪੁਲਿਸ ਦੀ ਗ੍ਰਿਫਤੋ ਵਿੱਚੋਂ ਫਰਾਰ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂ ਸ਼ਾਇਦ ਦੇਸ਼ ਛੱਡ ਕੇ ਜਾ ਚੁੱਕਿਆ ਹੈ ਹਾਲਾਂਕਿ ਇਹਦੀ ਕੋਈ ਪੁਸ਼ਟੀ ਨਹੀਂ ਹੈ ਤਾਂ ਆਖਿਰਕਾਰ ਦੀਪਕ ਟੀਨੂ ਕਿੱਥੇ ਗਿਆ ਇਹਨਾਂ ਸਾਰੇ ਹੀ ਸਵਾਲਾਂ ਦਾ ਜਵਾਬ ਦੇ ਲਈ ਹੁਣ ਜਤਿੰਦਰ ਕੌਰ ਦਾ ਰਿਮਾਂਡ ਮਾਨਸਾ ਪੁਲਿਸ ਨੂੰ ਮਿਲਿਆ ਔਰ ਅਗਲੇ 5 ਦਿਨਾਂ ਤੱਕ ਮਾਨਸਾ ਪੁਲਿਸ ਇਸ ਕੇਸ ਸੰਬੰਧੀ ਜਤਿੰਦਰ ਕੌਰ ਜੋ ਦੀਪਕ ਟੀਨੂ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ ਉਹਦੇ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀ ਨੇ ਝੁਟਾ ਸਕਦੀ ਹੈ ਦੇਖਦੇ ਰਹੋ ਦੈਨਿਕ ਸ਼ਵਰਾ ਟੀਵੀ ਕਿ ਫਰਾਰ ਗੈਂਗਸਟਰ ਦੀਪਕ ਟੀਨੂ ਦੀ गर्लफ्रेंड ਨੂੰ ਏਜੀਟੀਐਫ ਨੇ ਯਾਨਕੀ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ ਹੈ ਮੁੰਬਈ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਜਤਿੰਦਰ ਕੌਰ ਉਸ ਲੜਕੀ ਦਾ ਨਾਮ ਦੱਸਿਆ ਜਾ ਰਿਹਾ ਹੈ ਜੋ ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਇਹ সূত্র ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਛਾਣ ਹੋ ਪਈ ਹੈ ਔਰ ਜਤਿੰਦਰ ਕੌਰ ਨੂੰ ਯਾਨਕੀ ਦੀਪਕ ਟੀਨੂ ਦੀ ਗਰਲਫ੍ਰੈਂਡ ਨੂੰ ਮਾਂਸਾ ਪੁਲਿਸ ਨੇ ਮੈਡੀਕਲ ਕਰਾਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਔਰ 5 ਦਿਨਾਂ ਦਾ ਉਹਦਾ ਰਿਮਾਂਡ ਮਾਂਸਾ ਪੁਲਿਸ ਨੂੰ ਮਿਲਿਆ ਯਾਨਕੀ 5 ਦਿਨ ਤੱਕ ਹੁਣ ਮਾਂਸਾ ਪੁਲਿਸ ਅੱਗੇ ਦੀ ਜਾਂਚ ਕਰੇਗੀ ਸਵਾਲ ਜਵਾਬ ਜਤਿੰਦਰ ਕੌਰ ਕੋਲ ਕਰੇਗੀ ਕਿ ਆਖਿਰਕਾਰ ਐਡੀ ਵੱਡੀ ਘਟਨਾ ਨੂੰ ਅੰਜਾਮ ਦੀਪਕ ਟੀਨੂ ਨੇ ਕਿਵੇਂ ਦੇ ਦਿੱਤੀ ਔਰ ਜਿਵੇਂ ਪ੍ਰਿਤਪਾਲ ਸਿੰਘ ਸੀਆਈਏ ਇੰਚਾਰਜ ਸਾਹਿਬ ਦਾ ਸੀਆਈਏ ਇੰਚਾਰਜ ਨੇ ਉਸ ਵੇਲੇ ਦੇ ਜੋ ਜਿੰਦੀ ਮਦਦ ਦੇ ਨਾਲ ਦੀਪਕ ਟੀਨੂ ਨੇ ਪੰਜਾਬ ਪੁਲਿਸ ਨੂੰ ਚਕਮਾ ਦੇ ਕੇ ਪੁਲਿਸ ਦੀ ਗ੍ਰਿਫਤੋ ਵਿੱਚੋਂ ਫਰਾਰ ਹੋਇਆ ਹੈ ਤੇ ਆਖਿਰਕਾਰ ਇਹ ਪਲਾਨ ਬਣਿਆ ਕਿਵੇਂ ਕਿਵੇਂ ਸਜੋਜਨਾ ਨੂੰ ਅੰਜਾਮ ਦਿੱਤਾ ਗਿਆ ਔਰ ਦੀਪਕ ਟੀਨੂ ਜੋ ਹਜੇ ਵੀ ਪੁਲਿਸ ਦੀ ਗ੍ਰਿਫਤੋ ਫਰਾਰ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂ ਸ਼ਾਇਦ ਦੇਸ਼ ਛੱਡ ਕੇ ਜਾ ਚੁੱਕਿਆ ਹੈ ਹਾਲਾਂਕਿ ਇਹਦੀ ਕੋਈ ਪੁਸ਼ਟੀ ਨਹੀਂ ਹੈ ਤਾਂ ਆਖਿਰਕਾਰ ਦੀਪਕ ਟੀਨੂ ਕਿੱਥੇ ਗਿਆ ਇਹਨਾਂ ਸਾਰੇ ਹੀ ਸਵਾਲਾਂ ਦਾ ਜਵਾਬ ਦੇ ਲਈ ਹੁਣ ਜਤਿੰਦਰ ਕੌਰ ਦਾ ਰਿਮਾਂਡ ਮਾਨਸਾ ਪੁਲਿਸ ਨੂੰ ਮਿਲਿਆ ਔਰ ਅਗਲੇ 5 ਦਿਨਾਂ ਤੱਕ ਮਾਨਸਾ ਪੁਲਿਸ ਇਸ ਕੇਸ ਸੰਬੰਧੀ ਜਤਿੰਦਰ ਕੌਰ ਜੋ ਦੀਪਕ ਟੀਨੂ ਦੀ ਗਰਲਫ੍ਰੈਂਡ ਦੱਸੀ ਜਾ ਰਹੀ ਹੈ ਉਹਦੇ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀ ਨੇ ਝੁਟਾ ਸਕਦੀ ਹੈ ਦੇਖਦੇ ਰਹੋ ਉਹ ਦਿਨਿਕ ਸੂਰਾ ਟੀਵੀ